ਧੰਨਵਾਦ ਸਪੀਕਰ ਸਾਹਿਬ, ਤੁਸੀਂ ਸਮਾਂ ਦਿੱਤਾ ਮੈਨੂੰ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਬਿਜਲੀ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਹਲਕੇ ਵਿੱਚ ਜਿਹੜੀ ਬਿਜਲੀ ਦੀ ਸਪਲਾਈ ਹੈ ਉਹਦਾ ਬੜਾ ਮਾੜੇ ਹਾਲਾਤ ਨੇ ਜੀ। ਜਿਹੜਾ ਗ੍ਰਿੱਡ ਹੈ ਅਪਗ੍ਰੇਡ ਹੋਣ ਵਾਲੇ ਨੇ, ਕੁਛ ਤਾਰਾਂ ਬਦਲਣ ਵਾਲੀਆਂ ਨੇ, ਅਤੇ ਜਿਹੜੇ 19-12 'ਤੇ ਕੰਪਲੇਂਟ ਅਟੈਂਡ ਕਰਨ ਲਈ ਮੁਲਾਜ਼ਮ ਬੈਠੇ ਨੇ, ਜਦੋਂ ਉਹਨਾਂ ਕੋਲ ਕੰਪਲੇਂਟ ਦਾ ਰਜਿਸਟਰ ਜਾ ਕੇ ਚੈੱਕ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਸਾਡੇ ਕੋਲ 2000 ਕੰਪਲੇਂਟ ਆ, ਸਾਡੇ ਕੋਲ 1500 ਕੰਪਲੇਂਟ ਆ, ਵੀ ਸਾਡੇ ਕੋਲ ਮੁਲਾਜ਼ਮਾਂ ਦੀ ਕਮੀ ਹੈ, ਜੇਈ ਹੈ ਨਹੀਂ ਗੇ ਜਾਂ ਲਾਈਨਮੈਨ ਹੈ ਨਹੀਂ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਅਤੇ ਬਿਜਲੀ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੰਨੇ ਮੇਰੇ ਹਲਕੇ ਵਿੱਚ ਗ੍ਰਿੱਡ ਨੇ ਜਾਂ ਟਰਾਂਸਫਾਰਮ ਅਪਗ੍ਰੇਡ ਹੋਣ ਵਾਲੇ ਨੇ, ਉਹਨਾਂ ਨੂੰ ਐਜ਼ ਸੂਨ ਐਜ਼ ਪੋਸੀਬਲ ਉਹ ਕੀਤਾ ਜਾਵੇ, ਸਪੈਸ਼ਲ ਕਰਕੇ ਮਾਡਲ ਟਾਊਨ ਸਬ ਡਿਵੀਜ਼ਨ ਜਿਹਦੇ ਵਿੱਚ ਨਿਰਮਲ ਨਗਰ, ਪ੍ਰੀਤ ਨਗਰ ਅਤੇ ਅਬਦੁੱਲਾਪੁਰ, ਲਾਲ ਕੁਆਟਰ, ਚਿੱਟੇ ਕੁਆਟਰ ਅਤੇ ਜੰਮੂ ਕਲੋਨੀ ਏਰੀਆ, ਉਹਦੇ ਵਿੱਚ ਬਿਜਲੀ ਦਾ ਸਪਲਾਈ ਦਾ ਬਹੁਤ ਮਾੜਾ ਹਾਲਾਤ ਹੈ। ਦੂਸਰੀ ਪ੍ਰੋਬਲਮ ਸਰ RTA ਦਫ਼ਤਰ ਦੀ ਹੈ। ਟਰਾਂਸਪੋਰਟ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉੱਥੇ 16 ਪੋਸਟਾਂ ਹੋ ਗਿਆ ਸਰ, 16 ਪੋਸਟਾਂ ਨੇ ਜਿਹਦੇ ਵਿੱਚੋਂ 10-12 ਖਾਲੀ ਰਹਿੰਦੀਆਂ ਨੇ। ਜਿਹੜੇ 4 ਨੇ ਉਹਨਾਂ ਨੂੰ ਕੋਰਟ ਦੇ ਵਿੱਚ ਐਵੀਡੈਂਸ ਦੇਣ ਜਾਣਾ ਪੈਂਦਾ, ਉਹਦੇ ਨਾਲ ਜਿੱਥੇ ਕਰਪਸ਼ਨ ਵੀ ਵੱਧਦੀ ਹੈ ਜੀ, ਅਤੇ ਉੱਥੇ ਲੋਕਾਂ ਨੂੰ ਵੀ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਅਤੇ ਮੈਂ ਆਪ ਜੀ ਰਾਹੀਂ ਬੇਨਤੀ ਜ਼ਰੂਰ ਕਰਦਾ, ਅਤੇ ਮੈਨੂੰ ਆਸ ਹੈ ਕਿ ਜਿੰਨੀ ਜਲਦੀ ਹੋ ਸਕੂ ਇਹ ਪੂਰੀ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜਾਂਦੇ ਹਨ ਤੋ ਉਸ ਲਾਈਕ ਬਟਨ ਕੋ ਦਬਾ ਦੀਜੀਏ, ਸਬਸਕ੍ਰਾਈਬ ਕੀਜੀਏ ਔਰ ਨੋਟੀਫਿਕੇਸ਼ਨ ਔਨ ਕਰ ਦੀਜੀਏ, ਕਭੀ ਵੀ ਕੋਈ ਅਪਡੇਟ ਮਿਸ ਨਾ ਹੋ ਔਰ ਕ੍ਰਾਈਮ ਟ੍ਰੈਕਰਸ 24x7 ਕੇ ਸਾਥ ਆਪਣੇ ਕਾਨ ਜ਼ਮੀਨ ਸੇ ਜੋੜੇ ਰੱਖੀਏ। ਸੁਰਕਸ਼ਿਤ ਰਹੀਏ, ਜਾਣਕਾਰੀ ਰੱਖੀਏ ਔਰ ਯਾਦ ਰੱਖੀਏ, ਕਿਸੀ ਵੀ ਨਿਊਜ਼, ਅਪਡੇਟ ਜਾਂ ਐਡਵਰਟਾਈਜ਼ਮੈਂਟ ਕੇ ਲੀਏ ਹਮਸੇ ਸੰਪਰਕ ਕਰਨੇ ਮੇਂ ਬਿਲਕੁਲ ਨਾ ਹਿਚਕਿਚਾਓ। ਮਿਲਕਰ ਆਈਏ ਆਪਣੇ ਮੁਹੱਲੇ ਪਰ ਪੈਨੀ ਨਜ਼ਰ ਰੱਖੇ। ਅਗਲੇ ਅਪਡੇਟ ਮੇਂ ਮਿਲਤੇ ਹੈਂ।